ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਆਪਾਂ ਬਣਾਵਾਂਗੇ ਜੀ ਕੇਲਿਆਂ ਦੀ ਬਰਫੀ। ਬਹੁਤ ਹੀ ਘੱਟ ਸਮੇਂ ਵਿੱਚ ਤਿਆਰ ਹੁੰਦੀ ਹੈ। ਨਾਲ ਆਪਾਂ ਲਵਾਂਗੇ 100 ਗ੍ਰਾਮ ਆਪਾਂ ਨੇ ਲੈ ਲਈ ਸੂਜੀ, ਅਤੇ ਆਪਾਂ 100 ਗ੍ਰਾਮ ਹੈ ਆਪਾਂ ਨੇ ਖੰਡ। ਜਿੰਨੀ ਆਪਾਂ ਸੂਜੀ ਲਿੱਤੀ ਆ ਉੰਨੀ ਆਪਾਂ ਖੰਡ ਲਿੱਤੀ ਆ, ਅਤੇ ਥੋੜ੍ਹੇ ਜਿਹਾ ਆਪਾਂ ਲਿੱਤੇ ਆ ਬਦਾਮ, ਇਹਨੂੰ ਪ੍ਰੈਜੈਂਟੇਸ਼ਨ ਕਰਨ ਦੀ ਖਾਤਰ, ਡੈਕੋਰੇਟ ਕਰਨ ਦੀ ਖਾਤਰ। ਬਹੁਤ ਹੀ ਸੌਖੇ ਤਰੀਕੇ ਨਾਲ ਬਣਦੀ ਆ। ਆਓ ਇਸ ਨੂੰ ਬਣਾਉਣਾ ਸ਼ੁਰੂ ਕਰੀਏ। ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ। ਜੇ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ। ਹਾਂਜੀ, ਸਭ ਤੋਂ ਪਹਿਲਾਂ ਆਪਾਂ ਕੇਲਿਆਂ ਨੂੰ ਛਿੱਲਾਂਗੇ। ਛਿੱਲ ਕੇ ਆਪਾਂ ਇਹਨੂੰ ਨਾ ਇਹਦੀ ਪਿਊਰੀ ਬਣਾਉਣੀ ਆ ਕੇਲਿਆਂ ਦੀ। ਚਲੋ ਜੀ, ਹੁਣ ਆਪਾਂ ਕੇਲਿਆਂ ਨੂੰ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ। ਇਹਨੂੰ ਗ੍ਰੈਂਡ ਕਰ ਲੈਣਾ। ਇੱਕ ਕੜਛੀ ਆਪਾਂ ਦੇਸੀ ਘਿਓ ਲੈ ਲੈਣਾ, ਕਿਉਂਕਿ ਆਪਾਂ ਸੂਜੀ ਭੁੰਨਣ ਲਈ ਆਪਾਂ ਨੂੰ ਘਿਓ ਚਾਹੀਦਾ। ਇਹਨੂੰ ਗਰਮ ਹੋਣ ਦੀ ਖਾਤਰ ਆਪਾਂ ਰੱਖ ਦਾਂਗੇ ਪਹਿਲਾਂ। ਇੱਕ ਸਾਈਡ 'ਤੇ ਆਪਾਂ ਨਾਲੇ ਚਾਣੀ ਧਰ ਲੈਣੀ ਆ। ਜਿੰਨੀ ਆਪਾਂ ਖੰਡ ਪਾਈ ਆ ਇੰਨਾ ਕੁ ਆਪਾਂ ਨੇ ਪਾਣੀ ਪਾਉਣਾ ਵਾ। ਹਾਂਜੀ ਜੀ, ਹੁਣ ਆਪਾਂ ਇਹਨੂੰ ਪਾਣੀ ਪਾਤਾ। ਹੁਣ ਇਹਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦਾਂਗੇ। ਥੋੜ੍ਹਾ ਇਹ 'ਚ ਫੂਡ ਕਲਰ ਪਾਵਾਂਗੇ ਜੀ। ਆਪਾਂ ਇਹਦੇ ਵਿੱਚ ਫੂਡ ਕਲਰ ਪਾ ਦਾਂਗੇ ਆਪਣੇ ਤਾਰ ਹੁੰਦੇ ਹੁੰਦੇ। ਜਰ ਨੂੰ ਆਪਾਂ ਸੂਜੀ ਭੁੰਨ ਲੈਣੀ। ਸੂਜੀ ਨੂੰ ਪੈਦਾ ਭੁੰਨਣਾ ਚੰਗੀ ਤਰ੍ਹਾਂ ਵੀ ਕੱਚੀ ਨਾ ਰਹੇ, ਪੂਰੀ ਵਧੀਆ ਐਨ ਭੁੱਜ ਜਾਵੇ। ਨਾ ਤਾਂ ਜ਼ਿਆਦਾ ਘਿਓ ਹੋਣਾ ਚਾਹੀਦਾ, ਠੀਕ ਹੈ, ਨਾ ਹੀ ਵਾਲਾ ਇਹ ਡਰਾਈ ਹੋਣੀ ਚਾਹੀਦੀ ਹੈ, ਠੀਕ ਜੀ ਹੋਣੀ ਚਾਹੀਦੀ ਹੈ। ਆਪਾਂ ਚੰਗੀ ਤਰ੍ਹਾਂ ਇਹਨੂੰ ਭੁੰਨ ਲੈਣਾ। ਜਦੋਂ ਆਪਣੇ ਸੂਜੀ ਭੁੰਨ ਹੁੰਦੀ ਆ ਉੱਧਰ ਆਪਣੀ ਚਾਣੀ ਤਿਆਰ ਹੋ ਜਾਣੀ ਆ। ਬਹੁਤ ਸੌਖੇ ਤਰੀਕੇ ਨਾਲ ਤਾਂ ਬਰਫੀ ਬਣ ਜਾਂਦੀ ਆ। ਕਈ ਵਾਰ ਕੇਲੇ ਬਚ ਜਾਂਦੇ ਆ ਤਾਂ ਆਪਾਂ ਉਹਨੂੰ ਇੱਦਾਂ ਵੇਸਟ ਨਹੀਂ ਕਰ ਸਕਦੇ, ਤਾਂ ਆਪਾਂ ਉਹਦੀ ਹੋਰ ਡਿਸ਼ ਬਣਾ ਸਕਦੇ ਹਾਂ, ਜਿਵੇਂ ਕਿ ਬਰਫੀ ਹੋਈ, ਸ਼ੇਕ ਬਣਾ ਲਿਆ ਇਸ ਤਰੀਕੇ ਨਾਲ। ਹਾਂ ਜੀ, ਹੁਣ ਆਪਣੀ ਸੂਜੀ ਭੁੰਨ ਹੋ ਗਈ ਤਕਰੀਬਨ, ਇਹ ਫੁੱਲ ਜਾਂਦੀ ਆ। ਜਿਵੇਂ ਕਿ ਆਟਾ ਤਾਂ ਉਨੇ 'ਚ ਹੀ ਰਹਿੰਦਾ, ਸੂਜੀ ਹਮੇਸ਼ਾ ਲਈ ਫੁੱਲ ਜਾਂਦੀ ਆ। ਹਾਂ, ਸੂਜੀ ਆਪਣੀ ਭੁੱਜ ਗਈ ਪੂਰੀ ਚੰਗੀ ਤਰ੍ਹਾਂ। ਹੁਣ ਆਪਾਂ ਗੈਸ ਕਰਤਾ ਬੰਦ, ਕਿਉਂਕਿ ਜਿਹੜਾ ਤੜਕਣੀ ਵੀ ਹੁੰਦੀ ਆ, ਕੋਈ ਫਰਾਈ ਪੈਨ ਹੁੰਦੀ ਆ, ਇਹ ਵੀ ਗਰਮ ਹੁੰਦੀ ਆ, ਵੀ ਇਹ ਨਾ ਵੀ ਜ਼ਿਆਦਾ ਮੱਚ ਜੇ। ਇਹਨੂੰ ਹਿਲਾਉਂਦੇ ਇੱਦਾਂ ਰਹਿਣਾ, ਚਾਣੀ ਵੀ ਤਿਆਰ ਹੋ ਜਾਣੀ ਆ, ਫਿਰ ਆਪਾਂ ਉਹਦੇ ਵਿੱਚ ਪਾ ਦਾਂਗੇ। ਹਾਂਜੀ, ਹੁਣ ਆਪਾਂ ਕੇਲੇ ਨੂੰ ਜਿਹੜਾ ਫਰਾਈ ਕੀਤਾ ਸੀਗਾ ਉਹ ਪਾ ਦੇਵਾਂਗੇ। ਗ੍ਰੈਂਡ ਕਰਕੇ ਆਪਾਂ ਇਹਨੂੰ ਪੀਸ ਲਿਆ ਸੀਗਾ ਕੇਲਿਆਂ ਨੂੰ। ਗੈਸ ਆਪਣਾ ਬੰਦ ਕੀਤਾ ਹੋਇਆ, ਗੈਸ ਨੂੰ ਲਗਾਇਆ ਹੋਇਆ। ਹੁਣ ਆਪਾਂ ਚਾਣੀ, ਹਜੇ ਆਪਾਂ ਨੂੰ ਥੋੜ੍ਹੀ ਇਹਦੇ ਵਿੱਚ ਕਮੀ ਆ, ਹਜੇ ਚਾਣੀ ਆਪਣੀ ਹਜੇ ਪ੍ਰੋਪਰ ਨਹੀਂ ਹੋਈ ਹੈਗੀ। ਜਦੋਂ ਆਪਣੀ ਚਾਣੀ ਪ੍ਰੋਪਰ ਬਣ ਗਈ ਫਿਰ ਆਪਾਂ ਇਹਦੇ ਵਿੱਚ ਇੱਕ ਤਾਰ ਦੀ ਤਾਂ ਚਾਣੀ ਪੱਕੀ ਹੋਣੀ ਚਾਹੀਦੀ ਆ, ਕਿਉਂਕਿ ਜਿਹੜੀ ਸੂਜੀ ਹੁੰਦੀ ਆ ਉਹ ਖੁਸ਼ਕ ਹੁੰਦੀ ਆ, ਇਸ ਕਰਕੇ ਚਾਣੀ ਇੱਕ ਤਾਰ ਦੀ ਜ਼ਰੂਰ ਹੋਣੀ ਚਾਹੀਦੀ ਆ, ਦੋ ਤਾਰ ਦੀ ਭਾਵੇਂ ਨਾ ਹੋਵੇ। ਜਦੋਂ ਆਪਣੀ ਸਾਰੀ ਚਾਣੀ ਦੇ ਵਿੱਚ ਐਂ ਬਲਬਲੇ ਜਿਹੇ ਬਣਨ ਲੱਗ ਗਏ, ਸਮਝ ਤੁਹਾਡੀ ਚਾਣੀ ਤਿਆਰ ਹੋਣ ਨੂੰ ਪੂਰੀ ਤਰ੍ਹਾਂ ਰੈਡੀ ਹੋ ਗਈ ਆ।
ਅਸੀਂ ਨੂੰ ਇੱਦਾਂ ਚੱਕ ਕੇ ਦੇਖ ਲਾਂਗੇ ਵੀ ਜੋ ਲਾਸਟ ਵਾਲੀ ਤਾਰ ਥੋੜ੍ਹੀ ਹੌਲੀ ਡਿੱਗਣ ਲੱਗ ਗਈ ਤਾਂ ਤੁਹਾਡੀ ਚਾਣੀ ਪੂਰੀ ਤਰ੍ਹਾਂ ਤਿਆਰ ਆ। ਆਹ ਹੁਣ ਆਪਣੀ ਚਾਣੀ ਤਿਆਰ ਆ, ਲਾਸਟ ਵਾਲਾ ਤੋਕਾ ਹੁਣ ਹੌਲੀ ਗਿਰਦਾ ਵਾ, ਹੁਣ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ। ਚਾਣੀ ਨੂੰ ਵਿੱਚ ਪਾ ਦਾਂਗੇ, ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲਾਂ। ਇਸ ਤਰੀਕੇ ਨਾਲ ਆਪਾਂ ਥੋੜ੍ਹਾ ਥੋੜ੍ਹਾ ਇਹਨੂੰ ਨਾ ਇੱਦਾਂ ਹਿਲਾਉਂਦੇ ਜਾਣਾ ਤਾਂ ਜੋ ਥੋੜ੍ਹੀ ਠੰਡੀ ਹੋ ਜਾਵੇ। ਠੰਡੀ ਹੋਈ ਪਾਵਾਂਗੇ ਇਹਦੇ ਵਿੱਚ, ਫਿਰ ਵਧੀਆ ਪੀਸ ਕੱਟੇ ਜਾਣਗੇ। ਆਲੂ ਜੀ ਹੁਣ ਆਪਾਂ ਇਹਨੂੰ ਬਰਫੀ ਨੂੰ ਰੈਸਟ ਰੱਖਣ ਦੀ ਖਾਤਰ ਥਾਲ ਵਿੱਚ ਪਾ ਲਾਂ। ਘਿਓ ਲਾ ਲਿਆ ਸੀ ਆਪਾਂ ਨੇ ਥਾਲ ਨੂੰ, ਥੋੜ੍ਹੇ ਜਿਹੇ ਆਪਾਂ ਉੱਪਰ ਬਦਾਮ ਵਗੈਰਾ ਪਾ ਦਾਂਗੇ, ਕਾਜੂ ਬਦਾਮ। ਬਹੁਤ ਸਵਾਦ ਬਰਫੀ ਬਣਦੀ ਹੈ ਸੂਜੀ ਪਾ ਕੇ ਕੇਲਿਆਂ ਦੇ ਵਿੱਚ, ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ। ਜੇ ਤੁਸੀਂ ਸਾਡੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਵੀਡੀਓ ਸ਼ੇਅਰ ਵੀ ਜ਼ਰੂਰ ਕਰ ਦਿਆ ਕਰੋ। ਹਾਂਜੀ ਆਪਣੀ ਬਰਫੀ ਹੋ ਗਈ ਤਿਆਰ, ਹੁਣ ਆਪਾਂ ਇਹਨੂੰ ਕਟਿੰਗ ਕਰ ਦਾਂਗੇ। ਇਹ ਥੋੜ੍ਹੀ ਨਰਮ ਜਿਹੀ ਹੁੰਦੀ ਆ, ਜ਼ਿਆਦਾ ਸਖਤ ਨਹੀਂ ਹੁੰਦੀ ਹੈਗੀ। ਆਹ ਆਪਾਂ ਇੱਦਾਂ ਪੀਸ ਕੱਟ ਲਾਂਗੇ। ਲਓ ਜੀ ਆਪਣੀ ਕੇਲਿਆਂ ਦੀ ਬਰਫੀ ਹੋ ਗਈ ਤਿਆਰ, ਤੁਹਾਨੂੰ ਵੀਡੀਓ ਕਿਸ ਤਰ੍ਹਾਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ। ਬਹੁਤ ਹੀ ਸਵਾਦ ਬਰਫੀ ਬਣੀ ਆ, ਤੁਸੀਂ ਵੀ ਇੱਕ ਵਾਰ ਜ਼ਰੂਰ ਬਣਾ ਕੇ ਦੇਖਿਓ। ਫਿਰ ਮਿਲਦੇ ਹਾਂ ਆਪਾਂ ਅਗਲੀ ਰੈਸਪੀ ਦੇ ਨਾਲ, ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ।